देखो जी अमृतपाल नूं लैके मुद्दा जिहड़ा पकड़िया होया उहदे विच गल इह है भी अमृतपाल हुणां दे अपने मूँह दे बोल सीगे कि मैं कदे भज्जांगा नहीं। सौण दे महीने च कहिंदे डड्डुआं नूं वी डड्डियां नूं वी जुकाम हो जांदा है ना, उह गल हो गई अज मैं वेखण डिया सी। मैं इहो जी कोई गल नहीं करांगा कि कौम राह विच छुट जाए ते मैं भज्ज जावां। मैं एक वीडियो वेखी जिहदे च खोसा अमृतपाल सिंह भाई अमृतपाल सिंह नूं नसीहतां देण डिया कि कहिंदा कि किड्डा कु परचा 307 दा पै गया। खोसा कहिंदा गुरू का सिख जिहड़ा हैगा वचन करे खिसक जाए सोई नर कच्चा। जदों पाठी कुटे सी पहली बार ते ऐं फीलिंग लैंदा है जिवें बांह तां करके जिवें हवारा तरीके आउंदा ते बड़ी वड्डी 45 दिन दी जेल ही जसवंत सिंह काले नूं ਦਾ 50 ਦਿਨ ਦਾ ਰਿਮਾਂਡ ਸੀ ਅਤੇ ਤੂੰ ਕਹੀਂ ਉੱਥੇ ਲੈ ਕੇ ਬਹਿ ਗਿਆ ਸੀ ਪੈਟਰੋਲ ਦੀਆਂ ਬੋਤਲਾਂ ਬਾਪੂ ਸੂਰਤ ਸਿੰਘ ਦੇ ਘਰ ਕੇ ਮੈਂ ਬੜਾ ਵੱਡਾ ਖਾੜ ਜੇਲ੍ਹ 'ਚੋਂ ਆਇਆ ਵਾਂ ਕਿ ਹੁਣ ਉਹ ਸਰਬੱਤ ਖਾਲਸੇ ਵਾਲੀ ਖੇਡ ਖੇਡਣ ਨਾ ਖੇਡਣ ਅਸੀਂ ਜਾਣਦੇ ਹਾਂ। ਤੈਨੂੰ ਕਾਲੇ ਨੇ ਤੈਨੂੰ ਇਹ ਕਿਹਾ ਵੀ ਤੇਰਾ 45 ਦਿਨ ਦੀ ਕਸਟਡੀ ਹੈ ਅਤੇ ਮੇਰਾ 50 ਦਿਨ ਦਾ ਪੁਲਿਸ ਰਿਮਾਂਡ ਆ, ਆਪਦੀ ਔਕਾਤ 'ਚ ਰਹਿ। ਤੁਹਾਡੀ ਮੰਗ ਹੈਗੀ ਆ ਖਾਲਸਾ ਰਾਜ, ਖਾਲਿਸਤਾਨ ਦੀ ਗੱਲ ਹੈਗੀ ਆ। ਜੇ ਤੁਸੀਂ ਅੱਜ ਇੱਦਾਂ ਹੀ ਛਿਪਾ ਛਿਪੀ ਖੇਡਣ ਲੱਗ ਪਏ ਤਾਂ ਫਿਰ ਲੜਾਈ ਕਿੱਦਾਂ ਲੜੀ ਜਾਏਗੀ? ਇਸ ਕਰਕੇ ਤੁਹਾਨੂੰ ਅੱਗੇ ਆਉਣਾ ਚਾਹੀਦਾ, ਤੁਹਾਨੂੰ ਟ੍ਰਾਇਲ ਫੇਸ ਕਰਨਾ ਚਾਹੀਦਾ। ਜਦੋਂ ਲੀਡਰ ਅੱਗੇ ਆ ਜਾਂਦਾ ਵਾ ਤਾਂ ਫਿਰ ਨਾਲ ਦੇ ਜਿਹੜੇ ਸਮਰਥਕ ਹੈਗੇ ਆ ਜਾਂ ਜਿਹੜੇ ਦੂਜੇ ਵਸਿੰਦੇ ਹੈਗੇ ਉਹਨਾਂ ਦੇ ਉੱਤੇ ਪੁਲਿਸ ਦਾ ਸਰਕਾਰ ਦਾ ਜਿਹੜਾ ਡੰਗ ਆ ਉਹ ਘੱਟ ਜਾਂਦਾ ਆ। ਅਤੇ ਜਿਹੜਾ ਤੂੰ ਬਾਅਦ 'ਚੋਂ ਪੈਟਰੋਲ ਦੀਆਂ ਬੋਤਲਾਂ ਕਿੰਨੀਆਂ ਕੁ ਆਪਣੇ ਉੱਤੇ ਸੁੱਟ ਕੇ ਚਲਾ ਲਈਆਂ ਸੀ, ਜਿਹੜਾ ਤੂੰ ਵੱਡਾ ਦਲੇਰ ਬਣਦਾ ਹੈ ਉਧਰ ਰੋਂਦਾ ਕਾਹਤੋਂ ਹਾਂ? ਹੁਣ ਮੇਰੇ 307 ਦਾ ਪਰਚਾ ਹੋ ਜਾਏ, ਮੈਂ ਭਗੌੜਾ ਹੋ ਜਾਵਾਂ ਅਤੇ ਮੈਂ ਕਹਾਂ ਕਿ ਮੈਂ ਬਚਣ ਵਾਸਤੇ ਸਰਬੱਤ ਖਾਲਸਾ ਬੁਲਾਵਾਂ, ਇੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਇੱਕ ਭਗੌੜੇ ਵਿਅਕਤੀ ਦੇ ਕਹਿਣ ਦੇ ਉੱਤੇ, ਇੱਕ ਵਿਅਕਤੀ ਦੇ ਕਹਿਣ ਉੱਤੇ ਸਰਬੱਤ ਖਾਲਸਾ ਹੋਏਗਾ? ਇਹ ਕਦੇ ਵੀ ਨਹੀਂ ਹੋ ਸਕਦਾ। ਸਾਉਣ ਦੇ ਮਹੀਨੇ 'ਚ ਕਹਿੰਦੇ ਡੱਡੂਆਂ ਨੂੰ ਵੀ ਡੱਡੀਆਂ ਨੂੰ ਵੀ ਜੁਕਾਮ ਹੋ ਜਾਂਦਾ ਹੈ ਨਾ, ਉਹ ਗੱਲ ਹੋ ਗਈ ਅੱਜ ਮੈਂ ਵੇਖਣ ਡਿਆ ਸੀ। ਮੈਂ ਇੱਕ ਵੀਡੀਓ ਵੇਖੀ ਜਿਹਦੇ 'ਚ ਖੋਸਾ ਅਮਰਿਤਪਾਲ ਸਿੰਘ ਭਾਈ ਅਮਰਿਤਪਾਲ ਸਿੰਘ ਨੂੰ ਨਸੀਹਤਾਂ ਦੇਣ ਡਿਆ ਕਿ ਕਹਿੰਦਾ ਕਿ ਕਿੱਡਾ ਕੁ ਪਰਚਾ 307 ਦਾ ਪੈ ਗਿਆ ਖੋਸਾ ਕਹਿੰਦਾ। ਮੇਰੀ ਇਹ ਵੀਡੀਓ ਸਿੱਧੀ ਖੋਸੇ ਨੂੰ ਹੀ ਆ। ਮੈਂ ਖੋਸਾ ਜੀ ਤੁਸੀਂ ਮੈਨੂੰ ਵੀ ਜਾਣਦੇ ਜੀ, ਮੈਂ ਤੁਹਾਨੂੰ ਹੁਣ ਕੁਝ ਕੁ ਗੱਲਾਂ ਚੇਤੇ ਕਰਾਊਂ ਸਾਰੀਆਂ ਨਹੀਂ। ਜਦੋਂ ਪਾਠੀ ਕੁੱਟੇ ਸੀ ਪਹਿਲੀ ਵਾਰ ਅਤੇ ਐਂ ਫੀਲਿੰਗ ਲੈਂਦਾ ਹੈ ਜਿਵੇਂ ਬਾਂਹ ਤਾਂ ਕਰਕੇ ਜਿਵੇਂ ਹਵਾਰਾ ਤਰੀਕੇ ਆਉਂਦਾ ਅਤੇ ਬੜੀ ਵੱਡੀ 45 ਦਿਨ ਦੀ ਜੇਲ੍ਹ ਸੀ ਜਸਵੰਤ ਸਿੰਘ ਕਾਲੇ ਨੂੰ ਦਾ 50 ਦਿਨ ਦਾ ਰਿਮਾਂਡ ਸੀ ਅਤੇ ਤੂੰ ਕਹੀਂ ਉੱਥੇ ਲੈ ਕੇ ਬਹਿ ਗਿਆ ਸੀ ਪੈਟਰੋਲ ਦੀਆਂ ਬੋਤਲਾਂ ਬਾਪੂ ਸੂਰਤ ਸਿੰਘ ਦੇ ਘਰ ਕੇ ਮੈਂ ਬੜਾ ਵੱਡਾ ਖਾੜਕੂ ਜੇਲ੍ਹ 'ਚੋਂ ਆਇਆ ਵਾਂ। ਭਾਈ ਜਸਵੰਤ ਸਿੰਘ ਕਾਲਾ ਇਸ ਟਾਈਮ ਉਹ ਮੁਕਤਸਰ ਜੇਲ੍ਹ 'ਚ ਆ, ਉੱਥੇ ਬਾਪੂ ਸੂਰਤ ਸਿੰਘ ਦੇ ਘਰ ਤੈਨੂੰ ਪਤਾ ਤੂੰ ਕੀ ਕੀਤਾ ਸੀ? 45 ਕੁ ਦਿਨ ਤੂੰ ਜੇਲ੍ਹ ਕੱਟ ਕੇ ਆਇਆ ਹਾਂ, ਉਹ ਪਾਠੀ ਕੁੱਟ ਕੇ ਹੈਂ, ਪਾਠੀ ਕੁੱਟ ਕੇ 45 ਦਿਨ ਜੇਲ੍ਹ ਕੱਟ ਕੇ ਅਤੇ ਜਿੱਦਣ ਗਿਆ ਫੜ ਕੇ ਉੱਦਣ ਤੂੰ ਰੋਂਦਾ ਸੀ ਹੈ, ਪਹਿਲੀ ਵਾਰ ਤੂੰ ਫੜਿਆ ਸੀ ਰੋਂਦਾ ਹੈ ਤੂੰ। ਮੈਂ ਵੀ ਉੱਧਰ ਮੈਂ ਅਤੇ ਕਾਲਾ ਇਕੱਠੇ ਹਾਂ, ਜਸਵੰਤ ਅਤੇ ਕਾਲਾ ਮੈਂ ਇਕੱਠੇ ਹਾਂ ਬਾਪੂ ਸੂਰ ਸਿੰਘ ਦੇ ਘਰ, ਠੀਕ ਆ, ਉਸੇ ਘਰ ਰਹਿੰਦੇ ਹਾਂ ਅਸੀਂ, ਤੈਨੂੰ ਅਸੀਂ ਜਾਣਦੇ ਹਾਂ। ਤੈਨੂੰ ਕਾਲੇ ਨੇ ਤੈਨੂੰ ਇਹ ਕਿਹਾ ਵੀ ਤੇਰਾ 45 ਦਿਨ ਦੀ ਕਸਟਡੀ ਹੈ ਅਤੇ ਮੇਰਾ 50 ਦਿਨ ਦਾ ਪੁਲਿਸ ਰਿਮਾਂਡ ਆ, ਆਪਦੀ ਔਕਾਤ 'ਚ ਰਹਿ। ਅਤੇ ਜਿਹੜਾ ਤੂੰ ਬਾਅਦ 'ਚੋਂ ਪੈਟਰੋਲ ਦੀਆਂ ਬੋਤਲਾਂ ਕਿੰਨੀਆਂ ਕੁ ਆਪਣੇ ਉੱਤੇ ਸੁੱਟ ਕੇ ਚਲਾ ਲਈਆਂ ਸੀ, ਜਿਹੜਾ ਤੂੰ ਵੱਡਾ ਦਲੇਰ ਬਣਦਾ ਹੈ ਉੱਧਰ ਰੋਂਦਾ ਕਾਹਤੋਂ ਹਾਂ? ਅੱਛਾ ਜੇ ਤੂੰ ਐਡਾ ਹੀ ਦਲੇਰ ਆ, ਦੂਜੀ ਵਾਰ ਦੀ ਗੱਲ ਸੁਣ ਫਿਰ ਮੇਰੇ ਕੋ। ਜਦੋਂ ਤੁਸੀਂ ਰਣਜੀਤ ਨੂੰ ਬਾਬੇ ਮੇਜਰ ਸਿੰਘ ਸੋਢੀ ਹੋਣਾ ਫੜ ਕੇ ਕੁੱਟਿਆ ਸੀ ਅੰਮ੍ਰਿਤਸਰ ਵਾਲੇ ਰਣਜੀਤ ਨੂੰ, ਅਤੇ ਤੁਸੀਂ ਉਹਦੇ ਉਹਨਾਂ ਦੇ ਬੰਦਿਆਂ ਦੇ ਗੁਰੂ ਨਾਨਕ ਹੋਸਪਿਟਲ 'ਚ ਗਲ ਪੈ ਗਏ ਅਤੇ ਤੂੰ ਦਾੜੀ ਬੰਨ੍ਹ ਕੇ ਅਤੇ ਭੈੜਿਆ ਜਿਹਾ ਪਜਾਮਾ ਪਾ ਕੇ ਤੂੰ ਕਿਉਂ ਬਾਹਰ ਨਿਕਲਿਆ? ਅੱਗੋਂ ਮੇਰੇ ਮੋਟਰਸਾਈਕਲ 'ਤੇ ਮੇਰੇ ਨਾਲ ਹੀ ਚੜ ਕੇ ਗਿਆ, ਪਤਾ ਕਿ ਨਹੀਂ? ਯਾਦਗਾਰ ਆ ਮੇਰਾ ਚਿਹਰਾ, ਮੈਂ ਉਦੋਂ ਪਿੰਡ ਅਨੈਤਪੁਰ ਜਿੱਥੇ ਉਹ ਗੁਜਰਾਂ ਵਾਲਾ ਪੇਚਾ ਪਿਆ ਸੀ, ਮੈਂ ਉੱਥੋਂ ਕਥਾ ਕਰਕੇ ਵਾਪਸ ਆ ਰਿਹਾ ਸੀ ਅਤੇ ਮੈਂ ਮੋਟਰਸਾਈਕਲ 'ਤੇ, ਮੇਰੇ ਕੋਲ ਪਲਸਰ ਮੋਟਰਸਾਈਕਲ ਸੀ, ਤੂੰ ਅਤੇ ਤੇਰੇ ਨਾਲ ਕਿੰਗ, ਉਹ ਕਿੰਗ ਸਾਹਿਬ ਦਾ ਬਹੁਤ ਵਧੀਆ ਬੰਦੇ ਝਬਾਲ ਵਾਲੇ, ਕਿੰਗ ਝਬਾਲ ਅਤੇ ਤੂੰ ਮੇਰੇ ਮਗਰ ਮੋਟਰਸਾਈਕਲ 'ਤੇ ਬਹਿ ਕੇ ਗਏ। ਉਦਣ ਕਿਉਂ ਤੇਰਾ ਉਦਣ ਕੀ ਹੋਇਆ ਤੈਨੂੰ? ਤੇਰੀ ਬਦਮਾਸ਼ੀ ਕਿੱਥੇ ਗਈ ਸੀ ਓਏ ਹੈਂ? ਅਤੇ ਜਿੰਨੀ ਕੁ ਤੇਰੀ ਔਕਾਤ ਆ ਸਾਨੂੰ ਪਤਾ ਚੰਗੀ ਤਰ੍ਹਾਂ, ਠੀਕ ਆ, ਕਿਸੇ ਨੂੰ ਨਸੀਹਤ ਦੇਣ ਤੋਂ ਪਹਿਲਾਂ ਕਿੰਨੇ ਕੁ ਤੁਹਾਡੇ 'ਤੇ ਪਰਚੇ? ਉਹਦੇ 'ਤੇ ਪੂਰੀ ਇੰਡੀਆ ਦੀ ਅਤੇ ਦੀ ਅੱਖ ਆ, ਵਰਲਡ ਦੀ ਅੱਖ ਆ ਉਹਦੇ 'ਤੇ, ਪੰਜਾਬ ਪੁਲਿਸ ਉਹਦੇ ਮਗਰ ਸਾਰੀ ਲੱਗੀ ਆ। ਪਤਾ ਨਹੀਂ ਉਹ ਗ੍ਰਿਫਤਾਰ ਆ ਜਾਂ ਨਹੀਂ, ਇਸ ਗੱਲ ਦੇ ਬਾਰੇ ਨਹੀਂ ਜਾਣਦਾ ਕੋਈ, ਉਹਨੇ ਆਪਣੀਆਂ ਵੀਡੀਓ 'ਚ ਸਪਸ਼ਟ ਕਰਨ ਦਾ ਯਤਨ ਕੀਤਾ, ਉਹਨੂੰ ਤਾਂ ਫਿਰ ਇੰਨੀ ਪੁਲਿਸ ਲੱਭ ਰਹੀ, ਤੁਹਾਨੂੰ ਕੌਣ ਲੱਭਦਾ ਹੈ? ਇੱਕ ਥਾਣੇ ਦੀ ਪੁਲਿਸ ਤੁਹਾਡੇ ਮਗਰ ਨਹੀਂ ਲੱਗਦੀ, ਰੋਂਦੇ ਤੁਸੀਂ ਫਿਰਦੇ ਹੋ। ਤੁਸੀਂ ਨਸੀਹਤਾਂ ਉਹਨਾਂ ਨੂੰ ਦਿਓ ਜਿਹੜੀ ਤੁਹਾਡੀ ਕੌਮ ਨੂੰ ਸੇਵਾ ਨਾ, ਮੈਨੂੰ ਪਤਾ ਜਿੱਦਣ ਦੇ ਤੁਸੀਂ ਤੁਰੇ ਉੱਦਣ ਦਾ ਹੀ ਮੈਂ ਤੁਰਿਆ, ਠੀਕ ਹੈ ਨਾ? ਮੈਂ ਸਭ ਕੁਝ ਜਾਣਦਾ ਅਤੇ ਬਹੁਤ ਸਾਰੇ ਸ਼ਬਦਾਂ 'ਚ ਹੋਰ ਕੁਝ ਵੀ ਬਿਆਨ ਕਰ ਸਕਦਾ। ਮੈਂ ਇਹ ਵੀਡੀਓ
ऐसे गर्म शब्दों के नाल पाउणी नहीं चाहुंदा, पर मैं तेरियां पोस्टां पढ़ रहा कदी तूं ते जेड़े तेरे साथी ने ना टकसालीए उन्हां नूं मैं दसदा, जिद्दण कपूरथले जेल दे बोएगढ़ी धरना सी ते तूं चौ भाई साहब दा पाठ करन तों रोकिया सी। चौ भाई साहब 2015 दी गल आ, तूं कह ऐसे शब्दां नूं पढ़न दी लोड़ नहीं जिहड़े भुलदे आ जदों उन्हां ने शब्द चौ भाई साहब शुरू करता सी मानदलियां ने, ते उन्हां चों सिंघ नूं इक नूं भुल गया सी। उह गल्लां मैनूं सारियां खोसिया याद आ, ठीक है ना, ते बहुत कुछ मैनूं होर वी याद आ। कुलदीप सिंह मोदे नूं पुछ लई, ठीक है, मेरे बारे जिहड़े तेरे नाल होर वी सिंघ जिहड़े तैनूं वाकब ने तेरे, है ये सारियां नूं पुछ लई वी मैं कदों दा तुरिया, ते जिहड़े तूं ये लक्षण जे फड़े आ झबाल वाले किंग साहब उन्हां नूं पुछ लई, है ਵੀ ਮੈਂ ਅਸੀਂ ਕਦੋਂ ਦੇ ਤੁਰੇ ਹਾਂ, ਅਤੇ ਜਿਹੜੀਆਂ ਜੇ ਤੂੰ ਆਪਣੇ ਲੱਛਣਾਂ ਤੋਂ ਬਾਜ਼ ਨਾ ਆਇਆ ਤਾਂ ਮੈਂ ਇਸ ਤੋਂ ਅੱਗੇ ਹੋਰ ਵੀ ਫਿਰ ਮੈਂ ਸਿੱਧਾ ਨੰਗੇ ਧੜ ਹੋ ਕੇ ਚੱਲੂੰਗਾ। ਇਹ ਵੀਡੀਓ ਮੇਰੀ ਤੇਰੇ ਨਾਲ ਆ, ਠੀਕ ਆ। ਤੂੰ ਕਿਉਂ ਰੋਂਦਾ ਸੀ ਉੱਦਣ ਜਿੱਦਣ ਬਾਲਮੀਕੀਆਂ ਨੇ ਤੇਰੀ ਗੱਡੀ ਪੁੱਠੀ ਕਰਕੇ ਭੰਨ ਕੇ ਸੁੱਟਤੀ ਸੀ? ਰਿੰਗਦਾ ਸੀ, ਕਿਉਂ ਲੁਕਦਾ ਫਿਰਦਾ ਸੀ? ਆਪ ਤੂੰ ਕਹਿੰਦਾ ਸਾਹਮਣੇ ਆਵੇ, ਡੀਂਗਾਂ ਤਾਂ ਤੂੰ ਵੀ ਬਹੁਤ ਮਾਰਦਾ, ਤੂੰ ਕਿਹੜੀਆਂ ਘੱਟ ਡੀਂਗਾਂ ਮਾਰੀਆਂ ਹੈ? ਅੰਮ੍ਰਿਤਸਰ ਜਿਹੜਾ ਤੂੰ ਜਦੋਂ ਆਪਣਾ ਧਰਨਾ ਲੱਗਾ ਸੀ, ਉਸ ਧਰਨੇ ਦੇ ਵਿੱਚ ਤੂੰ ਦਰਬਾਰ ਸਾਹਿਬ ਰਹਿੰਦਿਆਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਅੰਦਰ ਸੇਵਾਦਾਰ, ਚੌਥੇ ਪਹਿਰ ਦੀ ਸੇਵਾ ਜਿਹੜੀ ਤੀਜੇ ਪਹਿਰ ਦੀ ਸੇਵਾ ਰਾਤ ਹੁੰਦੀ, ਉਹਨਾਂ ਨਾਲ ਕਿਉਂ ਲੜਦਾ ਹੁੰਦਾ ਹੈ? ਮੈਂ ਅੰਦਰ ਰੋਜ਼ ਸੇਵਾ 'ਚ ਤੇਰੇ ਨਾਲ ਜਾਂਦਾ ਰਿਹਾ, ਤੈਨੂੰ ਨਹੀਂ ਪਤਾ ਸੀ ਗੁਪਤ ਰਹਿੰਦੇ ਸੀ ਉੱਥੇ? ਤੂੰ ਤੀਜੇ ਪਹਿਰ ਦੀ ਸੇਵਾ 'ਤੇ ਸੰਗਤ ਨੂੰ ਧੱਕੇ ਕਿਉਂ ਮਾਰਦਾ ਹਾਂ ਬਈ? ਕਿਉਂ ਧੱਕੇ ਨਾਲ ਅੰਦਰ ਤੌਲੀਏ ਖੋਲ੍ਹਦਾ ਹਾਂ? ਕੀ ਤੈਨੂੰ ਪ੍ਰੋਬਲਮ ਸੀ? ਦੱਸ ਸੰਗਤ ਨੂੰ ਅੰਦਰ ਵੀ ਤੂੰ ਪਰੇਸ਼ਾਨ? ਤੀਜੇ ਪਹਿਰ 'ਤੇ ਸੰਗਤ ਉਹ ਸੇਵਾ ਕਰਨ ਆਉਂਦੀ ਹੈ ਜਿਹੜੀ ਬਹੁਤ ਜ਼ਿਆਦਾ ਨਾਮ ਜਪਣ ਵਾਲੀ ਆ। ਬੇਅਮਰਤੀਆ ਉੱਥੇ ਜਾ ਨਹੀਂ ਸਕਦਾ, ਤੂੰ ਕਦੀ ਕਹਿੰਦਾ ਮੈਂ ਇੱਥੇ ਤੌਲੀਆ ਮਾਰਨਾ, ਕਦੀ ਕਹਿੰਦਾ ਮੈਂ ਇੱਥੇ ਬਾਲਟੀ ਪਾਣੀ ਦੀ ਡੋਲਣੀ ਹੈ, ਤੈਨੂੰ ਈਰਖਾ ਤੋਂ ਬਿਨਾਂ ਹੋਰ ਕੁਛ ਨਹੀਂ ਆਉਂਦਾ ਤੈਨੂੰ? ਉੱਥੇ ਰੱਬ ਦਾ ਨਾਮ ਜਪਣ ਗਿਆ ਸਿੰਘਾਂ ਨੂੰ ਤੂੰ ਪਰੇਸ਼ਾਨ ਕਰਦਾ ਹੈ? ਫਿਰ ਉਹਨਾਂ ਪਾਠੀਆਂ ਦਾ ਕੀ ਕਸੂਰ ਸੀ ਖੋਸਿਆ ਜਿਹੜੇ ਪਾਠੀ ਨੂੰ ਤੂੰ ਖੰਡਪੜ ਸਾਹਿਬ ਚੱਲਦੇ ਤੂੰ ਧੱਕੇ ਨਾ ਠਾ ਕੇ ਅਤੇ ਆਪ ਤਾਬਿਆ ਬਹਿ ਗਿਆ, ਉਹਨੂੰ ਸ਼੍ਰੋਮਣੀ ਕਮੇਟੀ ਨੇ ਸਸਪੈਂਡ ਕੀਤਾ? ਸੰਗਤ ਨੂੰ ਮੈਂ ਗੱਲ ਦੱਸਣੀ ਚਾਹੁੰਦਾ, ਸ਼੍ਰੋਮਣੀ ਕਮੇਟੀ ਨੂੰ ਵੀ ਮਾੜਾ ਬੋਲਦਾ। ਸ਼੍ਰੋਮਣੀ ਕਮੇਟੀ 'ਚ ਜੋ ਇਹਨੇ ਵਧੀਕੀਆਂ ਕੀਤੀਆਂ ਸਾਨੂੰ ਪਤਾ ਆ। ਖੰਡਪੜ ਸਾਹਿਬ ਚੱਲਦਾ ਸੀ, ਚੱਲਦੇ ਖੰਡਪੜ ਸਾਹਿਬ 'ਚ ਸ਼੍ਰੋਮਣੀ ਕਮੇਟੀ ਦੇ ਜਿੱਥੇ ਪਾਠ ਚੱਲਦੇ ਉੱਥੇ ਪਾਠੀ ਤੋਂ ਬਿਨਾਂ ਹੋਰ ਕੋਈ ਨਹੀਂ ਬਹਿ ਸਕਦਾ। ਇਹ ਉੱਥੇ ਮੁਲਾਜ਼ਮਾਂ ਨੂੰ ਪਰੇਸ਼ਾਨ ਕਰਦਾ ਸੀ, ਕਦੀ ਮੋਢਾ ਲਾਉਣ ਤੋਂ ਰੋਜ਼ ਕਲੇ ਸੀ ਬਿਣਨਾ ਗਾ। ਖੰਡਪੜ ਸਾਹਿਬ ਚੱਲਦੇ 'ਚ ਇਹਨੇ ਜਾ ਕੇ ਖੰਡਪੜ ਸਾਹਿਬ ਪਾਠੀ ਨੂੰ ਮੋਢਾ ਮਾਰ ਕੇ ਧੱਕਾ ਮਾਰ ਕੇ ਠਾਇਆ, ਠਾ ਕੇ ਆਪ ਬੈਠਾ। ਲੜੀਵਾਰ ਸਰੂਪ ਨੇ ਪੜ੍ਹਨਾ, ਇਹਨੂੰ ਲੜੀਵਾਰ ਤੋਂ ਆਉਂਦਾ ਨਹੀਂ, ਲੜੀਵਾਰ ਤੋਂ ਇਹਦੇ ਕੋਲ ਪੜ੍ਹਿਆ ਨਹੀਂ ਗਿਆ, ਪਾਠ ਖੰਡਨ ਹੋ ਗਿਆ। ਸ਼੍ਰੋਮਣੀ ਕਮੇਟੀ ਨੇ ਦੋ ਪਾਠੀ ਸਸਪੈਂਡ ਕੀਤੇ, ਉਹਨਾਂ ਗਰੀਬਾਂ ਦਾ ਕੀ ਕਸੂਰ ਸੀ? ਜਿੱਥੇ ਤੂੰ ਮਰਜ਼ੀ ਜਾ ਕੇ ਤੂੰ ਤਾਂ ਕੱਲ੍ਹ ਨੂੰ ਆਖੇਗਾ ਮੈਂ ਸਿੰਘ ਸਾਹਿਬ ਦੀ ਕੁਰਸੀ 'ਤੇ ਚੜ੍ਹ ਕੇ ਬਹਿ ਜਾ, ਤੂੰ ਕੱਲ੍ਹ ਨੂੰ ਆਖੇਗਾ ਮੈਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ, ਜਿੱਥੇ ਸਿੰਘ ਸਾਹਿਬ ਬਹਿੰਦੇ ਤਾਬਿਆਂ, ਜਿੱਥੇ ਮਰਜ਼ੀ ਤੂੰ ਬਹਿ ਜਾਏਗਾ। ਇਹ ਐਡਾ ਤੂੰ ਸਿਆਣਾ ਨਹੀਂ, ਮੂਰਖ ਤੂੰ ਸਿਰੇ ਦਾ, ਕਦੀ ਤੂੰ ਗੱਡੀ ਪਿੱਛੇ ਦੁਕਾਨਾਂ 'ਚ ਮਾਰਦਾ ਹੈ, ਉਹ ਕੀ ਤੈਨੂੰ ਖਾਂਦਾ ਹੈ ਤੂੰ? ਅਕਲ ਨਹੀਂ ਤੇਰੀ ਟਿਕਾਣੇ? ਸਾਨੂੰ ਸਭ ਪਤਾ, ਬਹੁਤ ਕੁਝ ਬਹੁਤ ਬਰੀਕੀ ਨਾਲ ਜਾਣਦਾ ਮੈਂ। 8000 ਦੇ ਬਰਗਰ 8 ਦਿਨਾਂ 'ਚ ਖਾ ਗਿਆ ਤੇਰੇ ਨਾਲ ਦੇ, ਮੈਨੂੰ ਸਭ ਪਤਾ। ਉਹ ਮੈਂ ਚਿੱਠਾ ਨਹੀਂ ਖੋਲ੍ਹਣਾ ਚਾਹੁੰਦਾ, ਖੋਲੂ? ਇਹ ਮੈਂ ਪਹਿਲੀ ਵਾਰ ਇੰਨਾ ਗਰਮ ਬੋਲਿਆ, ਅਤੇ ਤੂੰ ਇਹ ਧੁੰਦੇ ਉਹਨਾਂ ਦੀਆਂ ਯਾਰੀਆਂ ਕਰਕੇ, ਅਤੇ ਜੇ ਕੋਈ ਸਿੰਘ ਤੁਰਿਆ ਤਾਂ ਉਹਨੂੰ ਬਦਨਾਮ ਨਾ ਕਰ, ਸਮਝ ਲਾ ਇਹਦਾ ਕੀ ਨਾਂ ਲੈਂਦੇ ਆ, ਇਹ ਪੰਥ ਜਾਣਦਾ ਆ, ਅਤੇ ਬਹੁਤ ਕੁਝ ਜਾਣਦਾ ਮੈਂ ਹੋਰ ਵੀ ਇਹਦੇ ਤੋਂ ਅੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।